ਅਜੀਤ ਸੋਭਾ ਦੇ ਬੜੀ ਗਾਇਨ ਜਿਨ ਗਲੇ ਨਾਲ ਪਾਲ ਪਰ ਆਪਾਂ ਸਭ ਨੇ ਮਾਲ ਜੀ ਦਾ ਉਹਨੇ ਜੀ ਗਲੇ ਪੰਜ ਨਿਯਮ ਵੱਲੋਂ ਜੀਵਨ ਜੀਵ ਸੁਖਮੈ ਬਣਾ ਰਿਹਾ ਹੈ ਅਮੂਲਕ ਜੀਵਨ ਆਏ ਅਮੂਲਕ ਜੀਵਨ ਨੇ ਪਾਣ ਕੇ ਅਮੂਲਕ ਬਣਾਏ ਪਾਣ ਕੇ ਮੂਲਵਾਨ ਬਣਾਏ ਇਹ ਜਗੋਂ ਅਮੂਲਕ ਜੁਲ ਆਏ ਇਨਸਾਨੀ ਭਗਤ ਪ੍ਰਾਪਤ ਦੇ ਕਰੇ ਮਿਲਿਓ ਆਏ ਅਸਾਂ ਭਗਵਾਨ ਕੇ ਅਸਾਂ ਪਾਇਓ ਨ ਕੇ ਜੂਣ ਮੈਂ ਅਸਾਂ ਪਾਣ ਕੇ ਜੁੜਾ ਸਿਰ ਜੁੜ ਨੂੰ ਕਟੀ ਸਿੰਦਾ ਸੇ ਸਿਰਫ ਭੋਗਤਾ ਹੀ ਭੋਗਤਾ ਚੰਗੇ ਕਰੇ ਅਮੋਲ ਜੀਵਨ ਆਏ ਜਿਹੜੀ ਸਵਾਸ ਨੂੰ ਅਸਾਂ ਕਦੋਂ ਕਹੀਓ ਜੇ ਸਵਾਸ ਲਿਆ ਵੇਂਦਾ ਹੈ ਤਾਂ ਗਰਜਾ ਬਾਦੀ ਮੇਰੇ ਨਾਲ ਪੀ ਲੈਣਾ ਹੈ ਦਵਾਈ ਖਾਂਦੀ ਹੈ ਜੀ ਖਾਣੋ ਚੰਗੇ ਕਰੇ ਸਵਾਸ ਲਾਲ ਥਾ ਜਿਹੜੀ ਸਵਾਸ ਨੂੰ ਕੀ ਮੂਲਵਾਨ ਸਮਝੋ ਇੱਕ ਇੱਕ ਸਵਾਸ ਜੀ ਤਾਂ ਕੀਮਤ ਸਮਝੋ ਅਗਰ ਕੀ ਸਵਾਸਨ ਕੇ ਤਮਾਮ ਜਾਇਓ ਤੇ ਇਹ ਸਵਾਸ ਬੜੀ ਮੋਟੀ ਨਹੀਂ ਦਾਇ ਤੇ ਦੁਨੀਆ ਦੇ ਸਭ ਸ਼ੇਰੀ ਕੀ ਆਏ ਪਰ ਇਨਸਾਨ ਕੇ ਹਾਇਆ ਦੀ ਮੋਟੀ ਕਰੇ ਵੀ ਨਹੀਂ ਦੀ ਆ ਤੇਂਜੇ ਕਰੇ ਅਰ ਭਗਵਾਨ ਆਪਾਂ ਦੇ ਸਭ ਤੋਂ ਉੱਤਮ ਬਣਾਇਆ ਵਾਲੇ ਤਾਂ ਪਾਰ ਕੇ ਉੱਤਮ ਬਣਾਏ ਪਾਰ ਕੇ ਉਹਦੇ ਰਸਤੇ ਦੇ ਉੱਤਮ ਵੱਠੀ ਕਰੇ ਪਾਰ ਦੇ ਮੂਲਵਾਨ ਬਣਾਏ ਮੂਲਵਾਨ ਕਿਸਾਨ ਤਦੇ ਬਣਦੋ ਆਏ ਜਿਹੜੇ ਇਨਸਾਨ ਦੇ ਅੰਦਰ ਨੇ ਗਾਲੂ ਜੇਕੇ ਹੁੰਦੇ ਹਨ ਸੁਚੂ ਮਰ ਵੀ ਆਏ ਸੁਚੂ ਗਾਲੂ ਹੀ ਇਨਸਾਨ ਕੇ ਹਯਾ ਦਿਨ ਵਧਾਈ ਨੇ ਸੁਚੂ ਗਾਲੂ ਇਨਸਾਨ ਕੇ ਤਰਕੀ ਲਿਆਈ ਦੇ ਸੁਚੂ ਗਾਲੂ ਇਨਸਾਨ ਕੇ ਬੇਦਰ ਕਰਦੀ ਗੰਦੀ ਗਾਲੂ ਇਨਸਾਨ ਕੇ ਦੁਸ਼ਮਣੀ ਪੇਟਾ ਦੇ ਤੁਹਾਡਾ ਸਾਡੀ ਗਾਲ ਦੀ ਜੇ ਨਾ ਬਣੇ ਨਾ ਜ਼ਿੰਦਗੀ ਜੋ ਵਾਤਾਵਰਨ ਸਭ ਸੁਖੀ ਲੱਗਦੀ ਆ ਸੁਖੀ ਅੱਗੇ ਹੱਲਦੀ ਆ ਜ਼ਿੰਦਗੀ ਮੇ ਤੁਹਾਨੂੰ ਖੁਸ਼ ਕਾਥੇ ਅਸਾਂ ਮਾਲ ਖਾਇਨ ਥਾ ਕਾਥੇ ਅਸਾਂ ਕੇ ਨੁਕਸਾਨ ਪੁਜੇ ਥੋ ਕਾਥੇ ਅਸਾਂ ਕੇ ਹਾਨੀ ਥੇ ਥੀ ਕਾਥੇ ਅਸਾਂ ਕੇ ਕੇਰ ਅਸਾਂ ਕੇ ਦੁਨੀਆ ਮੇ ਹੇਠ ਕਰੇ ਥੋ ਥੋੜੋ ਉਹਨੇ ਧਿਆਨ ਦੀ ਜਾ ਸੇ ਨਾ ਉਪਾਨੀ ਜ਼ਿੰਦਗੀ ਫੇਰ ਤਬ ਅਸਾਂ ਕੇ ਜਦੋਂ ਹੇਠ ਕੇਰ ਦੋ ਆ ਉਹਨਾਂ ਨਾਲ ਮਿੱਤਰਤਾ ਨਾ ਵਧਾਈਂਦਾ ਐਂ ਖਬਰ ਵੀ ਆਏ ਸਾਹਮੋ ਵਾਲੋ ਸਹੀ ਨਾ ਹੈ ਸਾਹਮੋ ਵਾਲੋ ਗਲਤ ਆਏ ਸਾਹਮੋ ਵਾਲੋ ਅਸਾਂ ਦੇ ਹੇਠ ਫੇਰੇ ਤੋਂ ਤਦੇ ਵੀ ਅਸਾਂ ਦੀ ਨਿਰਦਰਤਾ ਉਹਦੀ ਦੋਸਤੀ ਅਸਾਂ ਦੇ ਬਣਦੀ ਆ ਪਰ ਸਾਹਿਤ ਜਵੰਦਰ ਸ਼ਾਸਤਰ ਜਵੰਦਰ ਜੇਕੋ ਤਵਾਂ ਕੇ ਦੁਨੀਆ ਮੇ ਫੇਰੇ ਤੋਂ ਤਵਾਂ ਕੇ ਨਾ ਫੇਰੋ ਪਰ ਉਹ ਬੜੇ ਥੀਓ ਅਗਰ ਤਵਾਂ ਦਾ ਅਟੈਚਮੈਂਟ ਰੱਖਦਾ ਲਾਗਾ
ਅਸਾਂ ਇਨਸਾਨਾਂ ਦੀ ਗਲਤੀ ਆ। ਭਗਵਾਨ ਦਾ ਅਸਾਂਖੇ ਸਮਝਾਇਓ, ਗੁਰੂ ਕੇ ਅਸਾਂਖੇ ਗਿਆਨ ਮਿਲੋ। ਹਾਂ ਤਾਂ ਬਾਬਾ ਜੇਕੋ ਤਾਂ ਦਾ ਦੁਸ਼ਮਣ ਹੀ ਕਰੇ ਤਾਂ ਮਿੱਤਰਤਾ ਨਾ ਰੱਖੋ, ਉਹਨੂੰ ਪਰੇ ਭਜੋ। ਅਸਾਂ ਪਰੇ ਭਜੂ ਦਾ ਉਹ ਸਾਡੇ ਨੂੰ ਅਸਾਂ ਨੇ ਵਸਣ ਨਾ ਲਿਓ, ਬਸ ਹਲਦੋ ਆ ਛੋੜੋ। ਅਸਾਂ ਧਿਆਨ ਕੀਤਾ ਬਸ ਛੋ ਨਾ ਲਓ, ਚਾਹ ਅਸਾਂਖੇ ਜ਼ਿੰਦਗੀ ਨਾ ਬਦਲੋ, ਚਾਹ ਅਸਾਂਖੇ ਮਨ ਬਦਲ ਆ। ਪਰ ਅਸਾਂ ਆਦਤ ਵਿੱਚ ਮਜ਼ਬੂਰ ਹਾਂ, ਕਦੋਂ ਨਾ ਲਾਏਂਗੇ ਤਮਾਮ ਦੁਨੀਆ ਮੇਂ ਹਲੀ ਨਾ ਸਕਦਾ। ਤੇਜੇ ਕਰੇ ਜੇਕੋ ਤਵਾਂਗੇ ਦੁਨੀਆ ਮੇਂ ਹੇਠ ਕਰੇ, ਜੇਕੋ ਤਵਾਂਗੇ ਹਾਨੀ ਦੇ, ਜੇਕੋ ਤਵਾਂਗੇ ਇੱਜ਼ਤ ਦੁਨੀਆ ਮੇਂ ਮਿਲਿਆਏ ਸਾਰੇ ਜਵਾਨ ਦਾ ਉਨਖੋ ਤਵਾਂ ਹੋਰ ਪਰ ਤੇਜੀ ਦਾ ਬਣਦਾ। ਅਗਰ ਤਵਾਂ ਦਾ ਹਟੇ ਰੁਣੀ ਰੰਦੋ ਕਨਿਆ ਪਾਣ ਤਵਾਂ ਨੁਕਸਾਨ ਮੈਂ ਰਹਿੰਦੋ। ਭਗਵਾਨ ਦੀ ਜੇਕੀ ਭਗਤੀ ਜੇਕੋ ਕਰੇ ਥੋ, ਜੇਕੋ ਵੀ ਸੇਵਾ ਕਰੇ ਥੋ, ਜੇਕੋ ਵੀ ਸਿਮਰਨ ਕਰੇ ਥੋ, ਜੇਕੋ ਵੀ ਉਹਦਾ ਵਿਰਤ ਨੇਮ ਰੱਖੇ ਥੋ, ਭਗਵਾਨ ਜੇ ਤੋ ਇਹ ਵੀ ਸ਼ੇਮ ਤਾਂ ਕੇ ਫਾਇਦੋ ਲੀਜੂ ਪਰ ਤੇ ਗੱਲ ਤੇ ਨੋ ਤਮਾਮ ਕੋਈ ਆਪਣਾ ਹੈ। ਜੇਕੋ ਇਨਸਾਨ ਬਾਹਰ ਹਲਕੋ ਕਰੇ ਥੋ, ਸਿਮਰਨ ਹਲਕੋ ਕਰੇ ਥੋ, ਵਿਰਤ ਜੀ ਕੁੱਟ ਜਾਣੇ ਲਾਲ ਤੇ ਜਾ ਪ੍ਰੇਮੀ ਪਿਆਰਾ ਚਾਲੀਓ ਰੱਖਣ ਤਾਂ ਇਹ ਸ਼ੇਮ ਫਾਇਦੋ ਅਸਾਂ ਦੇ ਤਲੇ ਦੀ ਜੀਉ ਦੁਨੀਆ ਮੇਂ ਤੁਹਾਰਬੋ ਤਾਂ ਫਾਇਦੇ ਦੇ ਲਾਇ ਕਰਦੋ ਆਏ ਤਾਂ ਬਾਬਾ ਮਾਰ ਮਾਮਾ ਦਾ ਤੁਖ ਬਣੇ ਜਿੰਦੇ ਜੰਦੇ ਨੇ ਬਰਕਤ ਦੇ। ਹਾਂ ਮੁਕੇ ਆਸੀ ਸਾਹਿਬ ਨਾਲ ਇਹ ਸਭ ਫਾਇਦੋ ਆ, ਪਰਮਾਤਮਾ ਦੇ ਦਰ ਤੇ ਅਟਣ ਤਾਂ ਵੀ ਫਾਇਦੋ ਮਿਲਦਾ, ਸੇਵਾ ਕਰਨ ਤਾਂ ਵੀ ਫਾਇਦੋ ਮਿਲਦਾ, ਨੁਕਸਾਨ ਤਾਂ ਨਾ ਮਿਲਦਾ। ਇਹਦੇ ਨਮੂਨੇ ਭਗਵਾਨ ਜਦੋਂ ਪਹਿਲੋਂ ਤਰੀ ਸ਼ੇਮ ਤਵਾਂ ਆਪਣਾ ਕਿਹੜੇ ਪਹਿਲੋਂ ਦੇ ਪਾਣ ਤੇ ਤਰੀਕੇ ਹੋ ਗਈ ਗੱਡ ਸਮਝੋ। ਹਾਂ ਅਗਰ ਮਨ ਮੇਂ ਅਪਮਾਨ ਆਏ, ਮਨ ਮੇਂ ਅਹੰਕਾਰ ਆਏ, ਮਾਂ ਜਿਹੜੋ ਕੋਈ ਨਾ ਹੈ, ਉਹ ਪਾਠ ਨੇ ਨਵਿੱਤ ਜੇਕੋ ਵੀ ਅਸਾਂ ਕਹਿੰਦੇ ਤਾਂ ਇਹ ਦੁਨੀਆ ਮੈਂ ਆਪਾਂ ਕਿਤਨੇ ਜੀ ਸੁੱਖ ਮਿਲੀ ਦਾ ਫਾਇਦਾ ਹੋਣਾ ਕੀਤਾ। ਐਂਡੇ ਨੰਬਰ ਤੇ ਭਗਵਾਨ ਦੇਖੋ ਤਾਂ ਪਾਠ ਸਿਮਰਨ ਤਵਾਂ ਕਿਤਨੇ ਫਾਇਦਾ ਹੋਏਗਾ, ਚਲੇ ਤਵਾਂ ਦੁੱਖ ਨਹੀਂ ਸੁੱਖ ਨਹੀਂ ਤਾਂ ਸਨਮਾਨ ਰਹਿੰਦੋ। ਕਦੇ ਵੀ ਅਸਾਂ ਦੇ ਫਲ ਤਾਂ ਮਿਲਦੋ ਪਰ ਉਹ
ਬਟੇ ਡੀਆਂ ਜੋ ਕੋਲ ਹੁੰਦੋ ਆ ਜਿਹੜਾ ਦੁੱਖ ਪਾਇਆ ਉਹ ਦੀ ਸੁਪਰ ਹਲੇ ਹੋ ਗਏ ਤੇ ਹਿੰਦੀ ਗਲੇ ਅਸਾਂ ਤੇ ਦੁੱਖ ਤੇ ਸੁਖ ਨੇ ਇੱਕ ਸਮਾਨ ਰਹਿਣਾ ਇੱਕ ਜਿਹੜੋ ਦੀ ਰਹਿਣਾ ਭਗਵਾਨ ਜਿਹੜਾ ਤੁਸੀਂ ਮਰਜ਼ੀ ਆ ਅਸਾਂ ਦੇ ਧੂਆਂ ਹਲਾ ਸੇਵਾ ਤੇ ਨਿਰਲ ਜਾਂ ਕੋਈ ਵੀ ਪਾਠ ਹੋ ਜਾਏ ਇਹ ਬੇਕਾਰ ਕਦੇ ਵੀ ਨਾ ਮਿਲਦਾ ਕਿ ਆਪਾਂ ਇਹ ਗਲਤ ਸੋਚ ਕੰਮ ਕਰਦੇ ਆ ਭਾਈ ਸਿਮਰਨ ਜੀ ਮੈਨੂੰ ਦਾ ਸੇਵਾ ਵੀ ਦੋ ਤਾਂ ਫਾਇਦਾ ਤੁਹਾਡਾ ਦੌਰ ਮੈਂ ਨਾ ਹੋ ਜੇ ਬਿਲਕੁਲ ਫਾਇਦਾ ਨਾ ਦਿੰਦਾ ਇਹਤੇ ਹਰ ਜਣ ਸਾ ਜਾਂ ਗੁਰੂ ਦੇ ਸਤਸੰਗ ਦੇ ਮੰਨਣ ਸਾ ਗੁਰੂ ਜੀ ਦਾ ਦੀ ਸੇਵਾ ਕਰਨ ਦਾ ਫਾਇਦਾ ਹੀ ਫਾਇਦਾ ਆ ਜੀ ਤਾਂ ਸਟੇਸ਼ਨ ਦੇ ਵੱਲੋਂ ਕੋਟਿਆ ਵਾਲੀ ਟ੍ਰੇਨ ਦੇ ਵਿੱਚ ਅਗਰ ਤਾਂ ਸਿਰਫ ਸੱਤ ਘੰਟਾ ਜੇਕੋ ਵੀ ਸਫ਼ਰ ਆ ਜਾਗੋ ਉਹ ਵੀ ਤਾਂ ਉਹ ਟ੍ਰੇਨ ਕਾਫੀ ਬਣੇਗੀ ਕੋਟੇ ਆ ਪੂਰੇ ਤੇ ਅਗਰ ਤਾਂ ਟ੍ਰੇਨ ਦੇ ਵਿੱਚ ਘੰਟਾ ਜੀ ਆਰਾਮ ਕਰੋ ਤਾਂ ਉਹ ਟ੍ਰੇਨ ਕਾਫੀ ਬਣੇਗੀ ਤਾਂ ਵੀ ਕੋਟੇ ਆ ਪੂਰੇ ਇਹਦੇ ਨਮੂਨੇ ਗੁਰੂ ਦੇ ਦਰ ਤੇ ਆਇਆ ਸੀ ਪਰ ਸਟੇਸ਼ਨ ਦੇ ਤੇ ਬਾਹਰ ਹੀ ਬਣਾ ਦਵਾ ਟ੍ਰੇਨ ਤਾਂ ਨਹੀਂ ਦੀ ਟ੍ਰੇਨ ਨਹੀਂ ਟ੍ਰੇਨ ਨਹੀਂ ਦੀ ਸਟੇਸ਼ਨ ਦੇ ਪਾਣ ਕੇ ਬਣਵਾ ਉਹ ਸਟੇਸ਼ਨ ਕਿਹੜੀ ਆ ਸਟੇਸ਼ਨ ਗੁਰੂ ਜੋ ਦਰ ਆ ਇਹਤੇ ਅਰਜੀ ਕਰੇ ਕੋ ਜਿਹੜੇ ਵੀ ਭਾਵ ਦਾ ਜੋ ਸਿੱਖ ਦਾ ਜੋ ਕਰੇ ਦਾ ਜੋ ਸੇਵਾ ਦੇ ਸਿਮਰਨ ਕਰੇ ਉਪਰ ਮੰਦਰ ਪਰਮਾਤਮਾ ਤਾਂ ਕੇ ਦਰੂ ਬੁਝਾਈ ਨੂੰ ਪਾਣੀ ਲਿਖੀ ਬਲ ਬਲਵਾਰੇ ਨਾ ਤਾਰ ਕੀ ਮੰਦਰ ਤੇ ਪਰਮਾਤਮਾ ਤਾਂ ਕੇ ਦਰੂ ਬੁਝਾਈ ਨੂੰ ਜੋਦਾ ਤਾਂ ਸਟੇਸ਼ਨ ਤੇ ਨਹੀਂ ਜੁਤਾ ਪਰ ਮੰਦਰ ਦੇ ਕੋਲ ਆ ਟ੍ਰੇਨ ਜੋ ਕਮ ਉਹ ਟ੍ਰੇਨ ਕਿਹੜੀ ਆ ਵਾ ਟ੍ਰੇਨ ਆਏ ਸਿਮਰਨ ਸੇਵਾ ਸੁਠਾ ਵਿਚਾਰ ਸੁਠਾ ਸੁਣ ਇਹ ਆਪਾਂ ਦੇ ਵਿਚਾਰ ਧਾਰਨ ਕਰਨਾ ਇਹ ਆਪਾਂ ਦੇ ਟਿਕਟ ਬਚਣੀ ਆ ਗੁਰੂ ਦੇ ਦਰ ਤੇ ਐ ਗੁਰੂ ਜਦੇ ਆਸੀਸ ਬੰਦਾ ਹੈ ਐ ਗੁਰੂ ਜੀ ਜਦੇ ਇਨਸਾਨ ਕੇ ਨਜ਼ਰ ਤੇ ਨਹੀਂ ਦੇਂਦੀ ਆ ਉਹ ਨਜ਼ਰ ਆਪਾਂ ਕੇ ਗੁਰੂ ਦੀ ਕਮ ਨਹੀਂ ਦੀ ਆ ਕਰੇ ਮਾਤਰ ਨੂੰ ਜਨਾ ਸਤਗੁਰ ਕਰੇ ਨਜ਼ਰ ਤਬੇੜਾ ਪਾਲ ਰੱਖੀ ਉਹਦੀ ਨਜ਼ਰ ਹੀ ਕਾਫੀ ਆ ਹਾਂ ਉਹਦੀ ਨਜ਼ਰ ਜਿਹੜੀ ਅਜੀ ਲੈਂਦੀ ਆ ਇਹ ਇਨਸਾਨ ਦਾ ਕਰਮ ਇਨਸਾਨ ਦਾ ਪਾਰਾ ਦਾ ਸਭ ਕਰੇ ਚਲੀ ਗਈ ਹੈ ਜੀ ਇਹੋ ਸਤਸੰਗ ਦੇ ਤਰੇ ਵੀ ਨੂੰ ਹੋਇਓ ਤਾਂ ਸੰਤਨ ਨੇ ਸਤਸੰਗ ਵਿੱਚ ਸੰਤ ਕੀ ਮਹਿਮਾ ਵੇਦ ਜਾਣੇ ਦੇਤਾ ਸੁਨੇ ਦੇਤਾ ਬਖਿਆ ਸੰਤਰੀਓ ਵਚਨ ਕੜਿਓ ਸੰਤ ਕੀ ਮਹਿਮਾ ਵੇਦ ਰਜਾ ਨੇ ਜੇਤਾ ਸੁਨੇ ਤੇਤਾ ਵਚਿਆ ਨੇ ਜਿਨ ਮਾ ਸਤਨ ਖਤਮ ਥਿਓ ਤੋ ਉਹ ਪ੍ਰੇਮੀ ਸੰਤਨ ਦੇ ਜਈ ਕਿ ਸੰਤਾ ਉਹ ਸਤਨ ਦਾੜੋ ਸੰਤੋ ਕਯੋ ਮਾ ਰੋ ਦਿਨ ਜਣਾਇਆ ਤਾਂ ਸਤਨ ਮਾ ਚਾਰ ਭਗਤ ਦੁਆਇਆ ਪਰ ਜੇ ਕੇ ਕਵਾਈ ਨੇ ਚਯੋ ਤੇ ਸੰਤ ਕੀ ਮਹਿਮਾ ਵੇਦ ਰਜਾ ਨੇ ਜੇਤਾ ਸੁਨੇ ਤੇਤਾ ਵਚਿਆ ਨੇ ਕਿਉ ਸਜਣਾ ਹੈ ਕਿਉ ਤਾਂ ਸਹੀ ਨਹੀਂ ਸੰਤਨ ਜੀ ਮਹਿਮਾ ਵੇਦਨ ਕੋ ਵੀ ਮੱਥਿਆ ਕਿ ਹਾਂ ਬਾਬਾ ਬਿਲਕੁਲ ਕਿ ਸਾਈਂ ਕੀ ਮੱਥਿਆ ਤਾਂ ਮਾ ਕੇ ਖੋਲੇ ਚਲੇ ਗੁਜ਼ਾਰਿਓ ਤਾਂ ਉਹਨਾਂ ਸੰਤਨ ਜਸ ਬਾਈ ਜੀ ਉਹ ਤੋਂ ਕਿ ਸਵਾਲ ਜਵਾਬ ਕੇ ਬਾਜੋ ਪੁੱਤਰ ਦੀ ਕਿ ਤੇ ਮਾ ਕੇ ਕੋਈ ਔਲਾਦ ਨਹੀਂ ਤੇ ਬਾਬਾ ਔਲਾਦ ਨਹੀਂ ਪਤੋ ਕੇ ਬਾਜੋ ਪੁੱਤਰ ਦੀ ਕਈ ਸਾਲ ਗੁਜ਼ਰੀ ਆ ਭਗਵਾਨ ਦੀ ਦਇਆ ਤਾਂ ਉਹਨੇ ਕੋ ਯਾਰਾਂ ਪੰਨਾ ਸਾਲ ਦਾ ਸਮੂਹ ਜਾਇਆ ਪੁੱਤਰ ਜੀ ਜਾਇਓ ਤੇ ਮਾ ਬ੍ਰਾਹਮਣ ਦੇ ਆਪਾਂ ਚਿੱਠੀ ਦੇ ਗੁਰੇ ਲਾਇਓ
ਬਾਬਾ ਜਨ ਚਾਰ ਤੱਕ ਮੇਰਾ ਕੰਨਾ ਹੋਇਆ ਅੱਗੇ ਜੀ ਬਾਣ ਫਿਰ ਮਿਲ ਜਾਏਗੀ ਹੋਇਓ ਤਾਂ ਤੇਰਾ ਵਿਦਵਾਨ ਬ੍ਰਾਹਮਣ ਹੁੰਦਾ ਹੋਇਆ ਬਾਜ ਵਰਤ ਦਿੰਦਾ ਹੋਇਆ ਬਾਈ ਜਿਹਦੇ ਭਾਗ ਮੈਂ ਇਹ ਆ ਜਿਹਦੀ ਹਯਾਤੀ ਹੈਦਰੀ ਜਿੱਥੇ ਲੱਗਦਾ ਵਿਦਵਾਨ ਹੁੰਦਾ ਹੋਇਆ ਅਸੀਂ ਅੱਜ ਤਾਈਂ ਵੀ ਆਏ ਇੰਡੀਆ ਜਿਹੜੇ ਸ਼ਹਿਰ ਨੇ ਵਿਦਵਾਨ ਦਾ ਬ੍ਰਾਹਮਣ ਆਏ ਉਹਦੇ ਪੁੱਤਰ ਜਾਇਓ ਉਹਦੇ ਮਾਂ ਬ੍ਰਾਹਮਣ ਨੂੰ ਜੋ ਹੱਥ ਰਿਡੋ ਬਾਹਰ ਲੈ ਜਾਓ ਤੁਹਾਡੀ ਮਾਂ ਪਿਓ ਨੇ ਕਈ ਵਾਲੇ ਤਾਂ ਆਏ ਤੁਹਾਨੂੰ ਖੁਸ਼ ਹੂੰ ਗਏ ਉੱਥਾ ਪਰ ਹਿੰਦੀ ਦੇ ਕੇ ਹਯਾਤ ਦੀ ਤਾਂ 11 ਸਾਲ ਦਾ 11 ਸਾਲ ਤੋਂ ਉਹ ਮਰੀ ਗਏ ਤੁਹਾਨੂੰ ਜਿਹੜੀ ਮਾਲ ਪਾਰੇ ਸੰਤਾਂ ਦੇ ਦਰਜਾ ਮਟ ਬਰਾਂ ਸੰਤਾਂ ਦੇ ਦਰਜੀ ਬਾਰੀ ਗੜਾਂ ਉਹ ਮਾਂ ਪੀ ਬੋਲੇ ਮੁੰਜੀ ਖੁਆਇਸ਼ ਆ ਮਾਂ ਸੰਤਾਂ ਦੇ ਦਰ ਤੇ ਵਣਾ ਸੇਵਾ ਕਰਾਂ ਮਾਂ ਨੂੰ ਤੇ ਬਲੇ ਬਿਲਕੁਲ ਵਣਿਆ ਵਾ ਉਹ ਜਿਹੜੀ ਮਾਂ ਸੰਤਾਂ ਦੇ ਦਰ ਤੇ ਆਇਓ ਸੰਤਾਂ ਦੇ ਦਰ ਦੀ ਸੇਵਾ ਕਰੀ ਬਾਰੀ ਗੜੇ ਪੜਦਾ ਭਰੇ ਸੰਤਾਂ ਦੀ ਨਜ਼ਰ ਤੇ ਸੰਤਾਂ ਦੀ ਨਜ਼ਰ ਵੀ ਕਿ ਸੰਤਾਂ ਸਰ ਕਰਕੇ ਆਵਾ ਹੈ ਦੇ ਦਰਸ ਆਇਓ ਵੇਲੇ ਸੰਤਾਂ ਆਸੀਸ ਕੇ ਤੇ ਆਵਾ ਸਦਾ ਜੀ ਸਦਾ ਜੀ ਤੇ ਸੰਗੀ ਤਾਂ ਕਿਹੜੀ ਆਸੀਸ ਕਰੋ ਤਾਂ ਇਹ ਆਸੀਸ ਤਾਂ ਜੀ ਨਾ ਦਾਨ ਦੀ ਤੇ ਆਵਾ ਛੋ ਤੇ ਸੰਗੀ ਮਾਤੇ ਮਾਫ ਹੋ ਜੇ ਨਾ ਤੁਝੇ ਸਿਰਵ ਖਿਆ ਤੇ ਆ ਯਾਰਾ ਸਾਹ ਅਨੇ ਯਾਰਾ ਸਾਹ ਨੂੰ ਯਾਰਾ ਸਾਹ ਦਾ ਹਲੇ ਤੋ ਅਨੇ ਮਾਲਾ ਕੱਟ ਕੇ ਨਾ ਆਇਆ ਤਲਾ ਚਾਰ ਮਹੀਨਾ ਆਇਆ ਮੈਂ ਤਾਂ ਹਾਰੇ ਆਸੀਸ ਕਰੀ ਆ ਸਦਾ ਜੀ ਮੁੰਡੀ ਦਾ ਹੈ ਅਜੇ ਬਣਾਣੇ ਕੱਢਣ ਸਮੇਂ ਨਾਲ ਤੇ ਖਤਮ ਪੈਣ ਵਾਲੇ ਸੰਤਨ ਦੇ ਬਾਬਾ ਤੁਝ ਹੈ ਜੀ ਕਰ ਗਣੀ ਆ ਗਿਆ ਤੇ ਯਾਰਾ ਸੇਵਾ ਭਗਵਾਨ ਦੇ ਲਿਖੇ ਗਏ ਤਾਂ ਮੇਟੇ ਅਸਾਂ ਨਾਲ ਖਾਤੇ ਪਰ ਉਹਨੇ ਹੋਰ ਸੋਲਤ ਕਰੇ ਜੀ ਨੇ ਕਿ ਸੋਲਤ ਕਿ ਤੇਰੀ ਕਿਵਾ ਯਾਰਾ ਆਏ ਨਾ ਇੱਕ ਆਸਾਂ ਜੋ ਦੇ ਕੋਨ ਦਾ ਤੁਝ ਇੱਕ ਸੋ ਇੱਕ ਯਾਰਾ ਹੈ ਜੀ ਆ ਸੰਤਨ ਦੇ ਦਰ ਦੀ ਸੇਵਾ ਕਰੀ ਸੰਤਨ ਦੀ ਨਜ਼ਰ ਪੈਜੀ ਗਈ ਮੁੰਜੀ ਸੰਤਨ ਦੀ ਨਜ਼ਰ ਮੁੰਜੇ ਮਤੋਂ ਪੈਜੀ ਸੰਤਨ ਸਦ ਕਿਓ ਸੰਤਨ ਮੁੰਜੇ ਆਸੀਸ ਕਈ ਲੱਜੇ ਵਾ ਸਦਾ ਜੀ ਮਾਂ ਸੰਤਨ ਦੇ ਤਾਈਂ ਮੁੰਜੀ ਉਮਰ 11 ਸਾਲ ਆਇਆ ਤਾਂ ਇਹ ਕਿਹੜੀ ਮਾਂ ਕੇ ਆਸੀਸ ਲੱਗਣੀ ਆ ਸੰਤਨ ਹਿਕੜੋ ਪਾਣੀ ਤਾਕਤ ਸਾਂ ਪਾਣੀ ਰਹਿਮਤ ਸਾਂ ਹਿਕੜੋ ਅੱਖਰ ਸਪੇਰ ਜੋ ਲਿਖਿਓ ਮੁੰਜੀ ਆਇਆ ਦੀ ਸੰਤਨ ਹੋਜਾਇ ਕਰੇ ਹਿਕਤੋ 11 ਕਈ ਆਏ ਤੇ ਉਹ ਕਿਹੜੋ ਸੰਤ ਆਏ ਕਿਆਤਾ ਮੈਂ ਉਹ ਦਰਸ਼ਨ ਕਰਦਾ ਤੇ ਪਾਪ ਨੂੰ ਮਨ ਤੇ ਚ ਜਿਹੜੀ ਮਾਂ ਨੂੰ ਪਾਣੀ ਪਾ ਫੋਟੋ ਨੇ ਮਾਂ ਪਿਓ ਦੇ ਬੱਚਿਆ ਉਹਨੇ ਦਰਬਾਰ ਨੇ ਪਿਓ ਦੇ ਉਹ ਗਾ ਲਿਆ ਜਾਈ ਤੇ ਇਹ ਮਾਂ ਨੂੰ ਉਹਨੇ ਦਰਬਾਰ ਘਰ ਨਹੀਂ ਆਇਆ ਆਇਆ ਜਾਤੇ ਮਾਂ ਸਸਮ ਦੇ ਰੋਜ਼ ਉਹ ਜੋ ਨੇ ਕੋਈ ਜਾਤੇ ਮਾਂ ਸੇਵਾ ਕਰਨ ਜਾਤੇ ਮਾਂ ਬੈਠੋ ਉਹ ਸੰਤਨ ਦੇ ਚੰਨਨ ਲਈ ਕਿਰੀ ਪਿਓ
ऐं मूं वचन याद आयो त संतन जो संत की महिमा वेद न ॼाणे. वाकई में संतन जी महिमा जेकी आहे वेद कोई ॿार अणलिखिया इहे फल ॾींदा आहिनि. जेको भाग में न आयो वियो उहे संत ॾींदा आहिनि. तंहिंजे करे पंहिंजो जेको जीवन आहे जंहिंजे करे मुंहिंजो परिवार दुखी रहे, मां दुखी रहियां, मुंहिंजो जीवन दुखी रहियो. पर असां दुखी करे पीअ असांखे कोयूं तकलीफ़ां असांखे ॾाढियूं यादि ईंदियूं आहिनि. अॼु खे बहितर कयो जेको हिन ते हले थो इनखे सुठो कयो. ॾाढा थी विया थोरो वई मिलंदासीं दुखी थींदा पिया. हा हिन साल अहिड़ो घाटो कयो दुखी थींदा पिया. पर नफ़े खे ॾिसो, नफ़े खे ॾिसो सदाई तव्हांजो जीवन जेको आहे ख़ुशहाल थींदो. ॾाढे खे ॾिसो बीमारियूं हथ कंदव, उहे बीमारियूं पाण खे हथ करे तव्हांजी हयाती ख़तमु कंदा. तंहिंजे करे जेको गुज़री वियो थी वियो, जेको असांखे नओं करिणो आहे ऐं नओं असां सुभाणे ॾिसणु चाहियूं था असांजे जीवन में कुझु नओं अचे, असांजे जीवन में ख़ुशहाली अचे, असांखे गुरु जी रहमत मिले, असांजा रिश्ता नाता प्रेम जा जेके बि असां चाहियूं था मन में उहे सभु असां कॾहिं मिलियूं. जेको असांखे नुक़सान ॿुधो आहे जीवन में, छो त नुक़सान ज़रूरु न आहे त तव्हांखे धंधनि में मिलंदो आहे. मां तव्हांखे पहिरीं कथा में ॿुधायो त नुक़सान पंहिंजा बि ॾींदा आहिनि, पराया बि ॾींदा आहिनि, दोस्त बि ॾींदा आहिनि. दुश्मन त ॾींदो ई ॾींदो, छो त पाण वारो बीठो ई असांजो दुश्मन आहे. उहो सॼणा असांखे खोले कंदो त हिकिड़ा इंसान हूंदा आहिनि दोस्त थी करे बि केरींदा आहिनि. तंहिंजे करे हे जीवन जेको आहे पंहिंजो पाण खे सुञाणंदो आहे, हे जीवन जेको आहे पाण खे बणाईंदो आहे. पाण खे बणायोसीं त जीवन जेको आहे आनंद में ईंदो. अगरि पाण खे न बणायोसीं त असांखे दुख ऐं तकलीफ़ श्री कृष्ण कराई आहे.